ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਦੇ ਉੱਤੇ। ਤੇ ਦੋਸਤੋ, ਜਿਵੇਂ ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਦੱਸਿਆ ਸੀ, ਈ ਪੰਜਾਬ ਦੀ ਅਟੈਂਡੈਂਸ ਕਿਵੇਂ ਮਾਰਕ ਕਰਨੀ ਬੱਚਿਆਂ ਦੀ, ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਬੱਚਿਆਂ ਦੀ ਲੀਵ ਕਿਵੇਂ ਜਿਹੜੀ ਹੈ ਉਹ ਮਾਰਕ ਕਰਨੀ ਹੈਗੀ ਆ। ਸੋ ਕਰਨਾ ਆਪਾਂ ਕੀ ਹੈ, ਸਿੰਪਲੀ ਆਪਣਾ ਈ ਪੰਜਾਬ ਦਾ ਐਪ ਜਿਹੜਾ ਉਹ ਖੋਲ੍ਹ ਲੈਣਾ ਹੈਗਾ। ਐਪ ਖੋਲ੍ਹਣ ਦੇ ਬਾਅਦ ਉਸੇ ਤਰੀਕੇ ਦੇ ਨਾਲ ਕਲਾਸ ਚੂਜ਼ ਕਰਨੀ ਆ ਔਰ ਸੈਕਸ਼ਨ ਚੂਜ਼ ਕਰਨਾ। ਜਦੋਂ ਬੱਚਿਆਂ ਦੀ ਨੀਚੇ ਲਿਸਟ ਬਣੀ ਹੋਈ ਆ ਜਾਏਗੀ, ਉਸ ਲਿਸਟ ਦੇ ਵਿੱਚ ਤੁਹਾਨੂੰ ਸਿੰਪਲੀ ਉਸੇ ਤਰੀਕੇ ਦੇ ਨਾਲ ਚੈੱਕ ਬਾਕਸ ਕਲਿੱਕ ਕਰਨਾ। ਪਰ ਨੀਚੇ ਹੁਣ ਜਿਹੜੀ ਆਪਸ਼ਨ ਹੈ ਉਹ ਤੁਸੀਂ ਦੇਖੋਗੇ, ਇੱਥੇ ਆਪਸ਼ਨ ਚੇਂਜ ਹੋ ਚੁੱਕੀ ਹੈਗੀ ਹੈ। ਆਪਸ਼ਨ ਕੀ ਆ ਰਹੀ ਹੈ ਹੁਣ, ਕੱਲੀ ਐਬਸੈਂਟ ਦੀ ਆਪਸ਼ਨ ਨਹੀਂ ਆ ਰਹੀ, ਇੱਥੇ ਆਪਸ਼ਨ ਆ ਰਹੀ ਹੈ ਮਾਰਕ ਐਬਸੈਂਟ ਜਾਂ ਲੀਵ। ਜਿਹੜਾ ਬੱਚਾ ਐਬਸੈਂਟ ਹੈ ਜਾਂ ਲੀਵ 'ਤੇ ਹੈ, ਉਸ ਬੱਚੇ ਨੂੰ ਇੱਥੋਂ ਦੀ ਸਿਲੈਕਟ ਕਰ ਲੈਣਾ ਹੈਗਾ, ਔਰ ਚੈੱਕ ਬਾਕਸ ਨੂੰ ਸਿਲੈਕਟ ਕਰ ਲੈਣਾ ਔਰ ਇੱਥੇ ਬਟਨ 'ਤੇ ਕਲਿੱਕ ਕਰ ਦੇਣਾ। ਆਟੋਮੈਟਿਕਲੀ ਉਹ ਬੱਚਾ ਐਬਸੈਂਟ ਜਾਂ ਲੀਵ ਲਈ ਕੈਲਕੂਲੇਟ ਜਿਹੜਾ ਹੈ ਸਬਮਿਟ ਹੋ ਜਾਏਗਾ। ਸੋ ਉਮੀਦ ਕਰਾਂਗਾ ਤੁਹਾਨੂੰ ਵੀਡੀਓ ਪਸੰਦ ਆਏਗੀ। ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ।